ਨਾਤ ਵਾਸਤੇ ਤਾਤਾ ਨੂੰ ਬੁਲਾਉਣ ਲੱਗਾ ਤਾਂ ਕਿ ਪਤਾ ਲੱਗੇ ਮਸਜਿਦ 'ਚ ਬਹਿ ਕੇ ਲੋਕ ਨਾਤ ਪੜ੍ਹ ਰਹੇ। ਨਹੀਂ ਤਾਂ ਅੱਜ ਕੱਲ੍ਹ ਕੁੜੀਆਂ ਗਜਰੇ ਪਾ ਕੇ 40,000 ਦਾ ਮੇਕਅਪ ਕਰਕੇ ਅਤੇ ਮੈਕਸੀ 2,00,000 ਦੀ ਪਾ ਕੇ 3,00,000 ਦਾ ਲਹਿੰਗਾ ਪਾ ਕੇ ਅਤੇ 4-5 ਲੱਖ ਦੇ ਮੁੰਡੇ ਤਨਹਾਵਾਂ 'ਤੇ ਨਾਲ ਰੱਖ ਕੇ ਤਬਲੇ ਲੈ ਕੇ ਅਤੇ ਫੇਸਬੁੱਕ ਯੂਟਿਊਬ 'ਤੇ ਕੁੜੀਆਂ ਸੁਰਖਾ ਬੋਰਡਰ ਲਾ ਕੇ ਮੰਡੋਰਾ ਦਾ ਸੁਰਮਾ ਪਾ ਕੇ ਨਾਤਾਂ ਪੜ੍ਹ ਰਹੀਆਂ ਅਤੇ ਮੈਨੂੰ ਤਾਂ ਖਤਰਾ ਪੈ ਗਿਆ। ਮੈਂ ਨਾ ਜਿੰਨੇ ਸੁੰਨੀ ਮੌਲਵੀ ਨੇ ਨਾ ਉਹਨਾਂ ਨੂੰ ਮੈਂ ਕਹਿੰਦਾ ਜੇ ਡਰ ਜਾਓ, ਇਹ ਕਿਤੇ ਇਹ ਨਾ ਕਹਿਣ ਪਰਾਂ ਹਟੋ, ਜੁਮਾਂ ਵੀ ਅਸਾਂ ਪੜ੍ਹਾਉਣਾ ਹੈ। ਸੱਚੀ ਗੱਲ ਏ, ਸਾਡੀਆਂ ਤਾਂ ਬਿਲਕੁਲ ਇੰਜ ਕਰਦੀਆਂ ਨਹੀਂ, ਜਿਨ੍ਹਾਂ ਦੀਆਂ ਕਰਦੀਆਂ ਮੇਰਾ ਪੈਗਾਮ ਏ, ਇਹਨਾਂ ਨੂੰ ਫਾਂਦਾ ਪਾ ਲਓ, ਹੁਣ ਤੋਂ ਹੀ ਬਣ ਲਓ। ਅਤੇ ਮੈਂ ਕੁੜੀਆਂ ਨੂੰ ਵੀ ਕਹਾਂਗਾ ਜਿਹੜੀਆਂ ਸੁਰਖਾ ਪਾਊਡਰ ਲਾ ਕੇ ਨਾਤਾਂ ਪੜ੍ਹ ਰਹੀਆਂ ਨੇ, ਬੀਬੀਓ ਤੁਹਾਡੀ ਆਵਾਜ਼ 'ਤੇ ਫਿਕਾ ਦੇ ਮੁਤਾਬਕ ਘਰ 'ਚੋਂ ਬਾਹਰ ਨਹੀਂ ਆਉਣੀ ਜਾਇਜ਼। ਫਿਕਾ ਕਹਿੰਦੀ ਨਮਾਜ਼ ਵੀ ਮਸੀਤੇ ਨਾਲ ਪੜ੍ਹਨ ਆਓ ਅਤੇ ਘਰੇ ਪੜ੍ਹੋ, ਅਤੇ ਜਿਹੜੇ ਘਰ ਦੀਆਂ ਤੁਸੀਂ ਮੰਨਣ ਵਾਲੀਆਂ ਉਹ ਤਾਂ ਮਸੀਤੇ ਵੀ ਤੁਹਾਨੂੰ ਨਹੀਂ ਵੜਨ ਦਿੰਦੇ, ਕਹਿੰਦੇ ਨੇ ਘਰ 'ਚ ਰਹੋ ਅਤੇ ਘਰ 'ਚ ਅਫਸਲ ਏ। ਅਤੇ ਯੂਟਿਊਬ 'ਤੇ ਕਿਵੇਂ ਆ ਗਈਆਂ ਅਤੇ ਫੇਸਬੁੱਕ 'ਤੇ ਕਿਵੇਂ ਆ ਗਈਆਂ? ਅਤੇ ਜਨਾਬ ਜਿਹੜਾ ਮਸਲਕ ਤੁਹਾਨੂੰ ਮਸਜਿਦ 'ਚ ਆਉਣ ਦੀ ਇਜਾਜ਼ਤ ਨਾ ਦੇਵੇ ਅਤੇ ਤੁਸੀਂ ਯੂਟਿਊਬ 'ਤੇ ਫੇਸਬੁੱਕ 'ਤੇ ਭੱਜੀਆਂ ਫਿਰੋ, ਅਤੇ ਮੈਂ ਤੁਹਾਨੂੰ ਇੱਕ ਪੈਗਾਮ ਦਿੰਦਾ ਏ। ਸਾਡਾ ਵੇਖੋ ਹੌਸਲਾ, ਅਸੀਂ ਕਹਿੰਦੇ ਨਾਤ ਪੜ੍ਹੋ, ਜ਼ਰੂਰ ਪੜ੍ਹੋ, ਆਪਣੇ ਘਰ 'ਚ ਪੜ੍ਹੋ, ਫਾਤਮਾ ਦੇ ਹਯਾ ਦੀ ਚਾਦਰ ਲੈ ਕੇ ਪੜ੍ਹੋ, ਜ਼ਾਰਾ ਪਾਕ ਦੀ ਚਾਦਰ ਲੈ ਕੇ ਪੜ੍ਹੋ। ਜਿਸ ਨਬੀ ਦੀਆਂ ਤੁਸੀਂ ਨਾਤਾਂ ਪੜ੍ਹੀਆਂ ਉਸ ਨਬੀ ਦੇ ਧੀ ਦੇ ਕਫਨ 'ਤੇ ਗੈਰ ਦੀ ਨਜ਼ਰ ਨਹੀਂ ਪਈ। ਤੋ ਜੋ ਬੱਚੇ ਇੱਧਰ ਦੇ ਕੀ ਉਹਦੇ ਨਾਲ ਜ਼ਰੂਰੀ ਗੱਲ ਸੀ, ਉਹਨੇ ਮਰ ਜਾਣਾ ਸੀ, ਬਾਅਦ 'ਚੋਂ ਕਰ ਲੈਂਦਾ ਕਿ 5 ਮਿੰਟ ਬਾਅਦ ਇਜ਼ਰਾਈਲ ਆ ਜਾਣਾ। ਇਹ ਮੇਰਾ ਚਾਹ, ਮੈਂ ਨਾ ਪੁੱਤਰ ਬੜਾ ਹਸਾਸ ਮੌਜੂ ਬਿਆਨ ਕਰ ਰਿਹਾ, ਇਹਦੇ ਵਿੱਚ 1 ਸਕਿੰਟ ਦਾ ਆਸਾ ਪਾਸਾ ਹੋਵੇ ਅਤੇ ਲੜਾਈ ਹੋ ਸਕਦੀ, ਅਤੇ ਤੂੰ ਤਵੱਜੋ ਮੇਰੇ ਵੱਲ ਰੱਖਣੀ। ਇੰਨਾ ਮਜਮਾ ਬੈਠਾ ਹੈ, ਮੈਂ ਬਹੁਤ ਅਹਿਸਾਸ ਗੁਫਤਗੂ ਕਰ ਰਹਾ ਹੂੰ ਕਿ ਲੋਗੋ ਜਿਤਨੇ ਬੈਠੇ ਹੈ ਆਪਣੇ ਆਪਣੇ ਘਰੋਂ ਮੈਂ ਚਾਂਖੀਏ, ਖੁਦਾ ਕੇ ਲੀਏ ਹਜ਼ੂਰ ਦੇ ਦੀਨ ਨੂੰ ਲਾਗ ਨਾ ਲਾਓ। ਮੁਸਤਫਾ ਦਾ ਦੀਨ ਬੜਾ ਉੱਚਾ ਹੈ, ਹਜ਼ੂਰ ਦੀਆਂ ਧੀਆਂ ਬੇਪਰਦਾ ਬਾਹਰ ਨਹੀਂ ਫਿਰਦੀਆਂ, ਨਾ ਬਾਜ਼ਾਰ ਸੱਜੇ 'ਚ, ਨਾ ਗਲੀ 'ਚ, ਨਾ ਬਾਜ਼ਾਰ 'ਚ, ਨਾ ਪਹਾੜੀ 'ਤੇ, ਕਿਤੇ ਵੀ ਨਹੀਂ, ਕਿਉਂਕਿ ਹਜ਼ੂਰ ਦੀ ਧੀ ਫਾਤਮਾ ਉਹਦੇ ਕਫਨ 'ਤੇ ਗੈਰ ਦੀ ਨਜ਼ਰ ਨਹੀਂ ਪਈ। ਬਲਕਿ ਮੈਂ ਇੰਝ ਕਹਿੰਦਾ ਫਾਤਮਾ ਦੇ ਸਰ ਦੇ ਬਾਲ ਆਸਮਾਨ ਦੇ ਸੂਰਜ ਦੀਆਂ ਕਿਰਨਾਂ ਵੀ ਨਹੀਂ ਵੇਖੇ, ਇਤਨਾ ਪੜਦਾ ਸੀ ਸਿਗਦਾ ਫਾਤਮਾ, ਇੰਨਾ ਹਯਾ ਸੀ।